बिस्मिल्लाहिर्रहमानिर्रहीम, अस्सलाम वालेकुम माय यूट्यूब फैमिली, कैसे हैं आप सब? उम्मीद करती हूँ खैरियत से होंगे। अल्हम्दुलिल्लाह जी, मैं भी खैरियत हूँ। आप लोग जहाँ भी रहें, खुश रहें, बात रहें, हंसते मुस्कुराते रहें। जो मेरे बहन भाई देश प्रदेश से देख रहे हैं, अल्लाह पाक उन्हें से तंदुरुस्तियाँ। इसी ने एक दुआ के साथ आज का ब्लॉग करती हूँ शुरू, तो आज शाम की रूटीन बहन भाई ने शेयर करनी है। तो बच्चे जड़े ने वो चले गए ने आधा काम को, ਅੱਜ ਮਾਸ਼ਾਅੱਲਾ ਜੀ ਈਦ ਦਾ ਤੀਸਰਾ ਦਿਨ ਨੇ, ਉਹ ਸਾਰੇ ਭੈਣ ਭਾਈਆਂ ਨੂੰ ਤੀਸਰਾ ਦਿਨ ਮੁਬਾਰਕ ਹੋਵੇ। ਅਤੇ ਮੀਆਂ ਜੀ ਵੀ ਅੱਜ ਤੀਸਰਾ ਦਿਨ ਸੀ ਈਦ ਦਾ, ਅਤੇ ਉਹ ਘਰ ਹੀ ਹੈਗੇ ਨੇ, ਅਤੇ ਬੱਚੇ ਰੇਹੜੀ ਲੈ ਕੇ ਚਲੇ ਗਏ। ਤੀਬਾ ਸੌ ਰਹੀ ਹੈ, ਤੀਬਾ ਨੂੰ ਪੱਖਾ ਲਾ ਕੇ ਦਿੱਤਾ ਅਤੇ ਉਹ ਸੌ ਰਹੀ ਹੈ। ਅਤੇ ਮੈਂ ਅੱਜ ਦੁਪਹਿਰੇ ਕੱਪੜੇ ਧੋਤੇ ਨੇ, ਉਹ ਮੈਂ ਲਾ ਕੇ ਰੱਖੀ ਹੈ, ਬਰਤਨ ਵਗੈਰਾ ਧੋਨੇ ਹਾਂ, ਅਤੇ ਸ਼ਾਮ ਦੀ ਰੂਟੀਨ ਜਿਹੜੀ ਸੀ ਭੈਣਾਂ ਭਾਈ ਨਾਲ ਉਹ ਸ਼ੇਅਰ ਕਰਨੀ ਹੈ। ਅਤੇ ਪਹਿਲਾਂ ਮੈਂ ਕੱਪੜੇ ਦਾ ਉਤਾਰ ਕੇ ਰੱਖ ਲਵਾਂ, ਬੱਦਲ ਹੋ ਰਿਹਾ ਕਾਫੀ, ਦੇਰੀ ਆਊ। ਅਤੇ ਜਦੋਂ ਮੈਂ ਕੱਪੜੇ ਲਾਹ ਲਏ ਨੇ, ਲਿਆਉਣਾ ਵੀ ਫਟਾਫਟ ਲਾਹਣੇ ਕੱਪੜੇ। ਅੱਜ ਪਹਿਰੇ ਦੋ ਕੇ ਸੁਪਨੇ ਪਾਏ ਸੀ, ਅਤੇ ਫਿਰ ਬੱਚਿਆਂ ਨੂੰ ਰੇਡ ਤਿਆਰ ਕਰਕੇ ਦਿੱਤੀ ਅਤੇ ਉਹ ਚਲੇ ਗਏ। ਅਤੇ ਮੈਂ ਹੁਣ ਜਿਹੜਾ ਨਾ ਸ਼ਾਮ ਦਾ ਕਰ ਲਈ ਕੰਮ। ਅਸਲਾਮ ਵਾਲੇਕੁਮ ਜੀ। ਹਾਂਜੀ, ਬਾ ਜਿਹੜੀ ਸੋ ਰਹੀ ਹੈ, ਨਾਲ ਦਾਦਾ ਅੱਬੂ ਬੈਠਾ ਜੀ, ਕਿਬਾ ਦਾ ਦਾਦਾ ਬੈਠਾ ਹੋਇਆ ਕੋਲ। ਹਾਂਜੀ, ਇਹ ਨਾ ਮੇਰੇ ਸਹੁਰੇ ਦਾ ਭਾਈ ਹੈ ਛੋਟਾ, ਇਹ ਵੀ ਮੇਰਾ ਸਹੁਰਾ ਹੈ, ਤੇ ਜਿਹੜਾ ਮੇਰਾ ਚਾਚਾ ਹੈ, ਇਹ ਮੇਰੇ ਮੀਆਂ ਦਾ ਚਾਚਾ ਹੈ, ਇਹ ਮੇਰੇ ਅੱਬੂ ਤੋਂ ਜਿਹੜਾ ਨਾ ਛੋਟਾ ਹੈਗਾ, ਮੇਰੇ ਅੱਬੂ ਦਾ ਭਾਈ ਹੈ ਛੋਟਾ, ਤੇ ਮੇਰਾ ਚਾਚਾ ਹੈ, ਤੇ ਇਹ ਬਾ ਦਾ ਦਾਦਾ। ਬਾਹਰ ਦਾ ਪਿਆਰ ਬੜਾ ਕਰਦੀ ਹੈ, ਉਹ ਤੋਰਿਆ ਕੇ ਬਹਿ ਕੇ ਆਇਆ ਸੀ ਇਹਦੇ ਨਾਲ ਖੇਡਣ ਵਾਸਤੇ, ਉਹ ਸੌ ਗਈ, ਉਹਦੇ ਨਾਲ ਪਿਆਰ ਬੜਾ ਕਰਦਾ। ਚਾਚਾ ਤਾਂ ਸੋਚੀ ਪਿਆ ਹੋਇਆ ਜਿਵੇਂ ਹਾਂਜੀ। ਈਦ ਦੇ ਤੀਸਰੇ ਦਿਨ ਵੀ ਜਿਹੜਾ ਨਾ ਬੇਗਮ ਸਾਹਿਬਾਂ ਨੂੰ ਕੱਪੜੇ ਧੋਣੇ ਪੈ ਗਏ, ਕੱਪੜੇ ਦੀ ਦਵਾਈ ਸ਼ੁਰੂ। ਚਲੋ ਰੱਖਣੇ ਬੱਚਿਆਂ ਦੇ ਕੱਪੜੇ, ਸਾਨੂੰ ਜ਼ਿਆਦਾ ਹੋ ਜਾਣੇ, ਸਾਨੂੰ ਮੇਰੇ ਫਾਇਦਾ, ਮੈਂ ਫਟਾਫਟ ਅੱਧੇ ਧੋ ਲੈਣ, ਕੋਈ ਮੁੜ ਲਾਉਣ ਤਾਂ ਫਿਰ ਧੋ ਲਾਂ। ਚਲੋ ਮੈਂ ਰੱਖ ਲਵਾਂ, ਫਿਰ ਬਾਕੀ ਦਾ ਕੰਮ ਕਰਨਾ ਜੀ। ਮੈਂ ਕੱਪੜੇ ਰੱਖਤੇ ਨੇ, ਦੋ ਚਾਰ ਭਾਈਆਂ ਕੱਢ ਕੇ ਲਿਆਉਣੇ ਬਰਾਂਡੇ ਵਿੱਚੋਂ, ਅਤੇ ਹੁਣ ਇੱਥੇ ਪਾਉਣੇ, ਇਹਨਾਂ ਨੂੰ ਪਹਿਲਾਂ ਮੈਂ ਸੈੱਟ ਕਰ ਲਵਾਂ, ਜਿਹੜੀਆਂ ਅਗਲੀਆਂ ਪਈਆਂ ਨੇ, ਫਿਰ ਉਹ ਲੰਮੀ ਪਟੂ ਲੰਮੀ ਮੰਜੀਆਂ 'ਤੇ ਲੈਣ ਬਣਾਉਣੀ ਪੈਣੀ ਸਾਨੂੰ, ਇੱਥੇ ਇੰਝ ਕਰਕੇ ਸਹੀ ਸਹੀ ਬਾਹਣ। ਉਹ ਫਿਰ ਪਰਛਾਵਾਂ ਲੈਂਦੇ ਨਾ, ਤੁਸੀਂ ਕੋਈ ਅੱਗੇ ਕੋਈ ਪਿੱਛੇ ਕੋਈ ਅੱਗੇ, ਇੰਝ ਕਰਕੇ ਡਾਹਦੇ, ਹੁਣ ਇਹਨਾਂ ਨੂੰ ਸੈੱਟ ਕਰਨੀ, ਹੁਣ ਹੀ ਬਾਹਲੀ ਮੰਜੀ ਰਹਿ ਜਾਣੀ ਹੈ, ਉਹ ਸੌ ਰਹੀ ਅੱਗੇ। ਚਲੋ ਦੂਸਰੀਆਂ ਤੁਸੀਂ ਲਿਆ ਕੇ ਰੱਖੋ। ਸਪੋਰਟ ਦੇਣੀ ਪੈਂਦੀ ਮੰਜੀ ਦੇ ਥੱਲੇ, ਸਪੋਰਟ ਦੇਣੀ ਪੈਂਦੀ, ਉਹ ਨਹੀਂ ਸਾਨੂੰ ਵੈਲ ਕਰਾਈਗੀ, ਉਸ ਤੋਂ ਫਿਰ ਨਹੀਂ ਆਉਣੀ, ਪਹਿਲਾਂ ਆਪਾਂ ਖੈਰ ਕਰੇ, ਅਤੇ ਇਲਾਵਾ ਸਾਰੀ ਸਲਾਮਤੀ, ਜਿਹੜੇ ਨਾ ਬਾਰਿਸ਼ ਆ ਜਾਵੇ ਥੋੜ੍ਹੀ ਬਹੁਤੀ, ਜ਼ਿਆਦਾ ਨਾ ਆਵੇ, ਮੌਸਮ ਅੱਛਾ ਹੋ ਜਾਵੇ, ਸੋਹਣਾ ਹੋ ਜਾਵੇ, ਗਰਮੀ ਬਹੁਤ ਹੈਗੀ।
ਪਾਲਣ ਬਣਾਇਆ ਸੀ ਨਾ ਦੋਸਤ ਦਾ, ਤੋ ਕੁੱਕਰ ਵਿੱਚ ਜਲਦੀ ਬਣ ਜਾਂਦਾ ਤੇ ਕੁੱਕਰ ਨੂੰ ਧੋਣਾ ਮੁਸ਼ਕਿਲ ਥੋੜਾ ਜਿਹਾ ਹੋ ਜਾਂਦਾ, ਤੇ ਪਹਿਲੇ ਕੁੱਕਰ ਨੂੰ ਧੋ ਲਈਏ ਤੇ ਦੂਸਰੇ ਬਰਤਨ ਧੋ ਲਈਏ। ਗੈਸ ਤੇ ਚਿੱਟਾ ਕੱਢ ਦੇਣਾ, ਬਰਤਨ ਧੋ ਕੇ ਰੱਖ ਲਿਆ ਮੈਂ ਤੇ ਹੁਣ ਕੁੱਕਰ ਮੋਢਾ ਕਰਦੀ ਧੋ ਕੇ ਸਾਰਾ ਖਿਲਾਰਾ ਪਿੰਡਾ ਜਾਂਦਾ, ਬਰਤਨ ਵਗੈਰਾ ਧੋ ਕੇ ਨੇੜੇ ਰੱਖਦੇ ਨੇ ਸੁੱਕ ਜਾਂਦਾ, ਨਾਲ ਭੱਜੇ ਰਹਿੰਦੇ ਤਾਂ ਵੀ ਸਾਡੇ ਪੇਟ ਦੀ ਮਾਸ਼ਾ ਇਹ ਵੀ ਅਸਰ ਜ਼ਿਆਦਾ ਨਹੀਂ ਫੁੱਟਿਆ, ਥੋੜ੍ਹਾ ਥੋੜ੍ਹਾ ਕੰਜੂ ਸੀ ਨਾ ਫੁੱਟਿਆ ਬੜਾ ਗਰਮੀ ਜ਼ਿਆਦਾ ਮਾਰ ਦੇਗੀ, ਗਰਮੀ ਅਚਾਨਕ ਸ਼ੁਰੂ ਹੋ ਗਈ ਨਾ ਦਾਦਾ ਅਬੂ ਤਾਂ ਇਹਦਾ ਚਲਾ ਗਿਆ ਬਾਦਾ, ਉਹ ਦੂਸਰੇ ਭਾਈ ਘਰ ਚਲਾ ਗਿਆ ਤੇ ਮੰਜੀਆਂ ਸੈੱਟ ਕਰਨਾ ਇੱਦਾਂ ਨੂੰ ਐਂਜਲੀ ਕਰਨੇ ਮੰਜੀ ਮੰਜੀ ਫਿਰ ਮੈਂ ਫੜਾ ਇੱਕ ਸਾਈਡ ਬਸ ਰਹੀ ਹੈ ਨਹਾ ਕੇ ਨਾ ਸਕੂਨ ਨਾਲ ਸੌਂ ਗਈ। ਚਲੋ ਇਹ ਅੱਜ 4 ਰੁਪਈਏ ਇੱਧਰ ਅੱਗੇ ਤੁਸੀਂ ਮੈਨੂੰ ਦਿੰਦੇ ਹੁੰਦੇ ਸੀ 4 ਰੁਪਏ ਸੌਣ ਵਾਲਾ ਚਲੋ ਜੀ ਅੱਛਾ ਇਹਨਾਂ ਨੇ ਮੇਰੀ ਮੰਜੀ ਨਾ ਉਹ ਐਂਡ 'ਤੇ ਰੱਖੀ ਹੁੰਦੀ ਆ ਜਿਹੜੀ ਮੈਨੂੰ ਹਵਾ ਜਿਹੜੀ ਨਾ ਇਹਨਾਂ ਤੋਂ ਸਾਰਿਆਂ ਤੋਂ ਕਰਾਸ ਕਰਕੇ ਜਾਂਦੀ ਥੋੜ੍ਹੀ ਬਹੁਤੀ ਜਿਹੜੀ ਵੀ ਆ ਫਿਰ ਮੰਜੀ ਦੇ ਨਾ ਨੀਚੇ ਮੈਨੂੰ ਥੋੜੀ ਬਹੁਤੀ ਹਵਾ ਝਾੜੂ ਲਾ ਲੋ ਮੈਨੂੰ ਫੇਰ ਲੋ ਝਾੜੂ ਤੁਸੀਂ ਬੇਗਮ ਸਾਹਿਬਾ ਬੜੀ ਮੁਸ਼ਕਿਲ ਦੇ ਬਚੇ ਨੇ ਉਦੋਂ ਤੇ ਮੈਂ ਰੱਖੀ ਨੀ ਮੈਂ ਜਿਹੜਾ ਨਾ ਮੌਸਮ ਖਰਾਬ
ਮੌਸਮ ਖਰਾਬ ਜਿਹਾ ਜਿਹੜਾ ਨਾ ਕਦੀ ਹੋ ਜਾਂਦਾ ਅਚਾਨਕ ਹਨੇਰੀ ਰਾਤ ਨੂੰ ਵੀ ਆ ਜਾਂਦੀ ਹੁੰਦੀ ਤੇ ਫਿਰ ਕਚਰਾ ਬਣ ਜਾਂਦਾ ਚਲੋ ਤੁਸੀਂ ਝਾੜੂ ਫੇਰ ਲੋ ਫਿਰ ਝਾੜੂ ਮੈਂ ਫੇਰੇ ਆਈ ਹਾਂ ਫੇਰ ਕੇ ਤੇ ਮੈਂ ਹੁਣ ਵਾਹੂ ਲੈ ਲਵਾਂ ਜੱਟ ਬਹਿ ਜਾਵਾਂ ਆਰਾਮ ਕਰਾਂ ਫਿਰ ਕੋਈ ਕੰਮ ਕਰਾਂਗੀ ਮੈਂ ਅਤੇ ਗਰਮੀ ਜੋ ਹੈਗੀ ਵਾਰ ਵਾਰ ਠੰਡ ਹਵਾ ਲੈਣੀ ਪੈਂਦੀ ਗਰਮੀ ਲੱਗਦੀ ਅਤੇ ਬਾਖਰ ਦੇ ਕੇ ਆਈ ਹਾਂ ਤਾਂ ਪਸੀਨਾ ਇੰਨਾ ਜ਼ਿਆਦਾ ਆ ਗਿਆ ਸੀ ਮੈਂ ਹੱਥ ਧੋ ਕੇ ਮੈਂ ਹੁਣ ਸਲਵਾਰ ਲੈ ਲਵਾਂ ਫਿਰ ਬਾਕੀ ਦਾ ਕੰਮ ਕਰਾਂਗੀ ਰਾਮ ਰੂਮ ਕਰ ਲਿਆ ਵਾਹੂ ਲੈ ਲਈ ਤਾਂ ਹੁਣ ਬਿਸਤਰੇ ਕੱਢ ਕੇ ਲਿਆਉਂਦੇ ਹਾਂ ਤਾਂ ਵਿਛਾਉਣੇ ਹਾਂ ਅਤੇ ਸੌਣ ਦੀ ਤਿਆਰੀ ਕਰਨੇ ਆ ਹੁਣ ਮੇਰੀ ਅੱਗੇ ਥੋੜ੍ਹਾ ਸਾਹ ਲਿਆ ਮੜ ਸੌਣ ਦੀ ਤਿਆਰੀ ਕਰਨੀ ਅੱਜ ਕਾਫੀ ਦੇਰ ਦੀ ਨੀਂਦ ਪੂਰੀ ਕਰ ਰਹੀ ਹੈ ਅਤੇ ਤੂੰ ਹੁਣ ਸ਼ਾਮ ਹੋ ਗਈ ਸੁੱਤੀ ਰਹਿ ਗਈ ਲੈ ਮੈਂ ਬਿਸਤਰੇ ਕੱਢ ਕੇ ਬਿਸਤਰੇ ਕੱਢ ਕੇ ਲੈ ਗਈ ਵਿਛਾਉਣਾ ਸ਼ੁਰੂ ਕਰਨੇ ਸਾਰੀ ਪਿੰਡ ਵਿਛਾਉਣੀਆਂ ਦੀਆਂ ਸ਼ਾਦੀਆਂ ਗਰਮੀ ਬੜੀ ਹੁੰਦੀ ਪੂਰੀ ਸ਼ਾਮ ਕਰਨੀ ਲੱਗਦੀ ਪੱਖੀ ਦੀ ਹੁਣ ਸਰਾਣੇ ਕੱਢ ਕੇ ਲਿਆਉਣੇ ਸਰਾਣੇ ਮੇਰੇ ਪਾਰ ਉੱਠੀ ਹੈ ਤਾਂ ਵਧੀਆ ਹੈ ਹੋ ਗਏ ਸ਼ਾਮ ਦੇ ਮੁੰਡੇ ਬਿਸਤਰੇ ਤਿਆਰ ਸੌਣ ਬਾਅਦ ਸੌਣ ਦੀ ਤਿਆਰੀ ਕਰਨੀ ਖਾਣਾ ਸ਼ਾਣਾ ਜਿਹੜਾ ਉਹ ਬਣਾਉਣੇ ਅਤੇ ਬਣਾ ਕੇ ਖਾਣੇ ਰੋਟੀਆਂ ਸਾਲ ਸਾਡਾ ਪੱਕਿਆ ਤਾਂ ਚਿੱਕੂ 'ਚ ਮਰਾ ਕੇ ਛੱਡਿਆ ਇਹ ਵੇਖੋ ਬਾਹਰ ਵਾਹ ਲੱਗਦੀ ਸੀ ਮੈਂ ਫਿਰ ਰੱਖ ਦਿੰਦੀ ਅਤੇ ਰੋਟੀਆਂ 'ਚ ਵੀ ਉਹ ਦੋ ਚਾਰ ਬਣਾਉਣੇ ਬਣਾ ਕੇ ਅਤੇ ਖਾ ਕੇ ਅਤੇ ਸੌ ਜਾਂਦੇ ਅਤੇ ਨਾਲੇ ਫੈਮਲੀ ਉੱਥੇ ਨੂੰ ਆ ਜਾਣਗੇ ਲੇਟ ਹੋ ਜਾਣੀ ਰੋਟੀ ਤਾਸੀ ਲੇਟ ਬਣਾਉਣੇ ਕਿਉਂਕਿ ਬੱਚੇ ਆਉਂਦੇ ਨੇ ਲੇਟ ਰੇੜੀ ਤੂੰ ਅਤੇ ਉਹ ਆਉਣਗੇ ਤਾਂ ਫਿਰ ਰੋਟੀਆਂ ਬਣਾਵਾਂਗੇ ਆਟਾ ਗੋਲ ਕੇ ਰੱਖ ਦਿੰਦੇ ਹਾਂ ਅਤੇ ਹੁਣ ਜੀ ਡੇਰੇ ਕਰੀਏ ਐਂਡ
ਬਿਸਤਰੇ ਵਿਛਾ ਦਿੱਤੇ ਨੇ ਤੇ ਬੱਚੇ ਲੇਟ ਆਣਗੇ ਤੇ ਆਟਾ ਤੇ ਗੁੰਨ ਲਈਏ, ਗੁੰਨ ਕੇ ਰੱਖ ਦਈਏ ਤੇ ਮੈਂ ਆਟਾ ਲੈ ਕੇ ਆਉਣੀ ਹੈ ਬੰਨੀ ਲਈ। ਪਾਣੀ ਤੇ ਪਰਾਤੀ ਵੀ ਲੈ ਆਉਂਦੀ ਹੁਣ ਪਾਟਾ ਦਿੰਦੇ ਜੀ। ਆਟਾ ਗੁੰਨਿਆ ਗਿਆ ਤੇ ਹੁਣ ਗੁੰਨ ਕੇ ਰੱਖ ਦਿੰਦੇ ਹਾਂ ਥੋੜੀ ਦੇਰ ਵਾਸਤੇ ਤੇ ਮੋੜਾ ਪਕਾਵਾਂਗੇ। ਪਾਣੀ ਡੋਲ ਕੇ ਸਾਫ਼ ਸੁਥਰਾ ਕਰਨੇ ਬਾਲਟੀ ਤੇ ਹੁਣ ਵੀ ਅਸੀਂ ਕਰਨੇ ਵੀਡੀਓ ਦਾ ਐਂਡ। ਸਾਡੀ ਸ਼ਾਮ ਦੀ ਰੁਟੀਨ ਇਹ ਸੀ ਜਿਹੜੀ ਭੈਣਾਂ ਭਾਈ ਨੇ ਸ਼ੇਅਰ ਕੀਤੀ ਹੈ। ਸਾਡੀ ਵੀਡੀਓ ਅੱਛੀ ਲੱਗੀ ਤੇ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਪਿਆਰ ਕਮੈਂਟ ਕਰੋ। ਲਵ ਯੂ।